कि एक देश का प्रधानमंत्री अपनी प्रजा के साथ ऐसा अन्याय करता है तो उसको प्रधानमंत्री पद से खुद ही इस्तीफा दे देना चाहिए। साडा प्रधानमंत्री आ सानू हक दिते जान, साडे नाल की करन दे, उहनूं शर्म आउणी चाहीदी आ। अहीं 4-11 तरीक दे चले होए आ, घरी दरवाजे जिंदरे ला ला के अहीं आए होए आ। ਅਸੀਂ ਕਰਨ ਡਏ ਹਾਂ ਨਾ ਡੰਡਾ ਝੰਡਾ ਲੈ ਆਵੇ ਵੀ ਇਹ ਸਾਡਾ ਇੱਦਾਂ ਮੁਕਾਬਲਾ ਕਰੇ, ਇਹ ਗੋਲੇਬਾਰੀ ਨਾ ਜੀ ਕਰਨ ਡਿਆ, ਸਾਡੇ ਪੁੱਤਾਂ ਧੀਆਂ ਨੂੰ ਫੱਟਰ ਕਰਨ ਡਿਆ ਵਾ, ਇਹ ਸਾਨੂੰ ਕਰਦੇ। ਵਰਲਡ ਮੇ ਕੋਈ ਐਸਾ ਪ੍ਰਧਾਨ ਮੰਤਰੀ ਨਹੀਂ ਜੋ ਆਪਣੀ ਜਨਤਾ ਕੇ ਸਾਥ ਇਤਨਾ ਬੜਾ ਅਨਿਆਏ ਕਰਕੇ ਬੈਠਾ ਹੈ। ਇਹ ਤਸਵੀਰਾਂ ਕਿਸਾਨ ਅੰਦੋਲਨ ਦੀਆਂ ਨੇ, ਜਿੱਥੇ ਵੱਖ ਵੱਖ ਇਲਾਕਿਆਂ ਤੋਂ ਬੀਬੀਆਂ ਵੀ ਮੋਰਚੇ 'ਚ ਪਹੁੰਚ ਰਹੀਆਂ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਆਖਿਰ ਉਹ ਇਹਨਾਂ ਹਾਲਾਤਾਂ ਬਾਰੇ ਕੀ ਸੋਚਦੇ ਆ ਅਤੇ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ। ਤੁਸੀਂ ਕਿੱਥੋਂ ਆਏ ਹੋ ਬੀਬੀ ਜੀ? ਅਸੀਂ ਆਏ ਜੀ ਦਿੱਲੀ ਗੁਰੂਗ੍ਰਾਮ ਸੇ, ਗੁੜਗਾਵਾਂ 'ਤੇ। ਇਹ ਜਿਹੜਾ ਮਾਹੌਲ ਬਣਾ ਹੋਇਆ ਹੈ ਇਹ ਸਾਰੇ ਇੰਡੀਆ ਵਾਸਤੇ ਬਣਾ ਹੋਇਆ ਹੈ। ਇਹ ਜਿਤਨਾ ਵੀ ਮੋਦੀ ਨੇ ਕੀਏ ਨਾ ਕੰਮ, ਇਹ ਸਾਰੇ ਗਲਤ ਕੰਮ ਕੀਤੇ ਹੈ। ਇਹ ਸਰ ਆਪਣੇ ਕਿਸਾਨਾਂ ਵਾਸਤੇ, ਆਪਣੇ ਭੈਣਾਂ ਵਾਸਤੇ, ਆਪਣੇ ਭਾਈਓ ਵਾਸਤੇ, ਆਪਣੇ ਦੇਸ਼ ਵਾਸਤੇ ਸਭ ਕੋ ਵਰਗਾਇਆ, ਫੁਸਲਾਇਆ, ਬਹਿਕਾਇਆ ਔਰ ਸਭ ਕਾ ਇੰਡੀਆ ਕਾ ਭੱਠਾ ਗੋਲ ਕਰ ਦਿਆ ਜੀ। ਆਪਣੇ ਹਰਿਆਣਵੀ ਭਾਸ਼ਾ ਮੇਂ ਇੱਕ ਹੀ ਗੱਲ ਹੁੰਦੀ ਹੈ ਔਰ ਆਪ ਪੁੱਛੋ ਆਗੇ ਮੈਂ ਜਵਾਬ ਦੇਤੀ ਹੂੰ। ਇਹ ਜਿੱਥੇ ਜਿਸ ਤਰੀਕੇ ਨਾਲ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਅਸੀਂ ਇਸ ਬਾਤ ਕੇ ਲਈ ਇਹ ਸੋਚਦੇ ਹਾਂ ਕਿ ਇੱਕ ਦੇਸ਼ ਕਾ ਪ੍ਰਧਾਨ ਮੰਤਰੀ ਆਪਣੀ ਪ੍ਰਜਾ ਕੇ ਸਾਥ ਐਸਾ ਅਨਿਆਏ ਕਰਤਾ ਹੈ ਤੋ ਉਸਕੋ ਪ੍ਰਧਾਨ ਮੰਤਰੀ ਪਦ ਸੇ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਏ। ਬਿਲਕੁਲ। ਤੁਸੀਂ ਕਿੱਥੋਂ ਆਏ ਹੋ ਬੀਬੀ ਜੀ? ਅਸੀਂ ਕੰਡਿਆਂ ਤੋਂ। ਅੰਮ੍ਰਿਤਸਰ ਜ਼ਿਲ੍ਹਾ, ਪਿੰਡ ਝੰਡੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਦੇ ਹਾਲਾਤਾਂ ਬਾਰੇ? ਹਾਲਾਤਾਂ ਬਾਰੇ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪ੍ਰਧਾਨ ਮੰਤਰੀ ਆ ਸਾਨੂੰ ਹੱਕ ਦਿੱਤੇ ਜਾਣ, ਸਾਡੇ ਨਾਲ ਕੀ ਕਰਨ ਡਿਆ, ਉਹਨੂੰ ਸ਼ਰਮ ਆਉਣੀ ਚਾਹੀਦੀ ਆ। ਅਸੀਂ 4-11 ਤਰੀਕ ਦੇ ਚੱਲੇ ਹੋਏ ਹਾਂ, ਘਰੀ ਦਰਵਾਜ਼ੇ ਜਿੰਦਰੇ ਲਾ ਲਾ ਕੇ ਅਸੀਂ ਆਏ ਹੋਏ ਹਾਂ, ਇਹਨੂੰ ਸ਼ਰਮ ਆਉਣੀ ਚਾਹੀਦੀ ਆ। ਇੱਕ ਡੰਡਾ ਅਤੇ ਝੰਡਾ ਅਤੇ ਇਹਨੇ ਗਾੜੀ ਕੀ ਕੁਛ ਕੀਤਾ ਵਾ? ਅਸੀਂ ਇਹ ਕਹਿਣਾ ਚਾਹੁੰਦੇ ਵੀ ਸਾਡਾ ਇਨਸਾਫ ਸਾਨੂੰ ਮਿਲ ਜਾਵੇ, ਲਿਖਤੀ ਲਵਾਂਗੇ ਅਸੀਂ ਆਪਣੇ ਹਾਂਜੀ। ਅਸੀਂ ਕਰਨ ਡਏ ਹਾਂ ਨਾ ਡੰਡਾ ਝੰਡਾ ਲੈ ਆਵੇ ਵੀ ਇਹ ਸਾਡਾ ਇੱਦਾਂ ਮੁਕਾਬਲਾ ਕਰੇ, ਇਹ ਗੋਲੇਬਾਰੀ ਨਾ ਜੀ ਕਰਨ ਡਿਆ, ਸਾਡੇ ਪੁੱਤਾਂ ਧੀਆਂ ਨੂੰ ਫੱਟਰ ਕਰਨ ਡਿਆ ਵਾ, ਇਹ ਸਾਨੂੰ ਕਰਦੇ ਹੋਏ। ਸਾਡੇ ਪੁੱਤਾਂ ਧੀਆਂ ਦਾ ਸਾਨੂੰ ਕਿੰਨਾ ਦੁੱਖ ਆ, ਕਿੰਨਾ ਦੁੱਖ ਆ, ਅਤੇ ਫਿਰ ਨਹੀਂ ਸਾਨੂੰ ਨਿਆਂ ਦੇਣ ਡਿਆ ਸਾਡਾ। ਜੇ ਸਾਡਾ ਨਿਆਂ ਦੇਵੇ ਕਦੀ ਅਸੀਂ ਰੇਲਾਂ 'ਤੇ, ਕਦੀ ਅਸੀਂ ਸੜਕਾਂ 'ਤੇ, ਅਸੀਂ ਵੀ ਨਾਲ ਹੀ ਧੱਕੇ ਖਾਣ ਡੀਆਂ ਪੁੱਤਾਂ ਧੀਆਂ ਦੇ। ਇਹ ਸਾਡੇ ਪੁੱਤ, ਇਹ ਮੋਦੀ ਜਿੱਡਾ ਕੰਜਰ ਮੋਦੀ 'ਤੇ ਖੱਟਰ ਆ ਨਾ, ਏਡਾ ਕੋਈ ਵੀ ਨਾ ਹੋਊਗਾ ਗਾੜੀ, ਇਹ ਬਣੂਗਾ ਨਾ ਹੀ, ਨਾ ਹੀ ਬਣ ਦੇਵਾਂਗੇ ਗਾੜੀ। ਇਹਨੇ ਵੋਟਾਂ ਲੈਣੀਆਂ ਨੇ ਇੱਦਾਂ ਕਰਕੇ ਲੈਣੀਆਂ, ਸਾਡੇ ਨਾਲ ਸਾਡੇ ਹੱਕ ਬੰਦ ਕਰਕੇ ਲੈਣੀਆਂ। ਹਾਂਜੀ ਹਾਂਜੀ, ਹੁਣ ਇਹ ਮੋਦੀ ਹੈ ਨਾ, ਸਭ ਕੋ ਬਹਿਲਾਤਾ ਹੈ, ਫੁਸਲਾਤਾ ਹੈ ਔਰ ਸਭ ਕੋ ਪੂਰੇ ਦੇਸ਼ ਕਾ ਨਾ ਬੇੜਾ ਗਰਕ ਕਰ ਰੱਖਾ ਹੈ। ਇਹ ਅਭੀ ਇਸਨੇ ਜੋ ਰਾਮ ਮੰਦਿਰ ਕੀ ਪ੍ਰਤਿਸ਼ਠਾ ਕੀ, ਵੋ ਇਸਨੇ ਕਿਸ ਕੇ ਲੀਏ ਕੀਆ? ਨੇਤਾ ਕਭੀ ਵੀ ਰਾਮ ਮੰਦਿਰ ਕੀ ਪ੍ਰਤਿਸ਼ਠਾ ਨਹੀਂ ਕਰਤੇ ਹੈ, ਇਹ ਨੇਤਾ ਤੋ ਦੇਸ਼ ਕੋ ਚਲਾਤੇ ਹੈ ਔਰ ਇਸਨੇ ਆਪਣੇ ਹਰਿਆਣਾ ਕਾ ਇਲੈਕਸ਼ਨ ਜਿੱਤਨੇ ਕੇ ਲੀਏ, ਉਨਕਾ ਬ੍ਰੇਨ ਵਾਸ਼ ਕਰਨੇ ਕੇ ਲੀਏ ਕਿ ਮੋਦੀ ਨੇ ਦੇਖੋ ਕਿਤਨਾ ਅੱਛਾ ਕਾਮ ਕਰ ਦਿਆ ਕਿ ਮੁਸਲਮਾਨੋਂ ਕੀ ਦਰਗਾਹ ਤੁੜਵਾ ਦੀ ਔਰ ਹਿੰਦੂਓਂ ਕਾ ਰਾਮ ਮੰਦਿਰ ਬਣਵਾ ਦਿਆ। ਤੋ ਐਸਾ ਲਾਲਚੀ ਪ੍ਰਧਾਨ ਮੰਤਰੀ ਜਾਂ ਹੋਤਾ ਹੈ ਵੋ ਉਸ ਦੇਸ਼ ਕਾ ਕਭੀ ਭਲਾ ਨਹੀਂ ਹੋਤਾ, ਸਮਾਜ ਕਾ ਭਲਾ ਨਹੀਂ ਹੋਤਾ, ਕਿਸਾਨੋਂ ਕਾ ਭਲਾ ਨਹੀਂ ਹੋਤਾ, ਪੂਰੇ ਦੇਸ਼ ਕੋ ਵੇਚ ਦਿਆ। ਹਿੰਦੁਸਤਾਨ ਮੇਂ ਜਵਾਹਰ ਲਾਲ ਨਹਿਰੂ ਨੇ, ਮਹਾਤਮਾ ਗਾਂਧੀ ਨੇ ਦੇਸ਼ ਕੋ ਆਜ਼ਾਦ ਕਰਾਇਆ ਥਾ ਲਟਕਾ ਖਾ ਕੇ ਔਰ ਇਸਨੇ ਪੂਰਾ ਦੇਸ਼ ਕੋ ਫਿਰ ਸੇ ਵੇਚ ਦਿਆ। ਤੋ ਆਪ 22 ਦੇਸ਼ ਕੇ ਵਾਸੀ ਹੈ, ਵਰਲਡ ਮੇਂ ਕੋਈ ਐਸਾ ਪ੍ਰਧਾਨ ਮੰਤਰੀ ਨਹੀਂ ਜੋ ਆਪਣੀ ਜਨਤਾ ਕੇ ਸਾਥ ਇਤਨਾ ਬੜਾ ਅਨਿਆਏ ਕਰਕੇ ਬੈਠਾ ਹੈ। ਮੈਂ ਆਜ 5 ਦਿਨ ਮੈਂ ਪੈਦਲ ਚਲ ਕੇ ਆ ਰਹੀ ਹੂੰ ਹਰਿਆਣਾ ਸੇ ਔਰ ਹਰਿਆਣਾ ਮੇਂ ਸਭ ਲੋਕ ਦੁਖੀ ਹੈ, ਪੂਰੇ ਇੰਡੀਆ ਮੇਂ ਭਾਰਤ ਵਾਸੀ ਦੁਖੀ ਹੈ, ਚਾਰੋ ਪਾਸੇ ਜਾਮ ਲਗਾ ਹੁਆ ਹੈ। ਆਪ ਚਾਰੋ ਪਾਸੇ ਫਿਰ ਲੋ ਇੰਡੀਆ ਮੇਂ, ਇਸਸੇ ਕੋਈ ਵੀ ਖੁਸ਼ ਨਹੀਂ ਹੈ। ਸਭੀ ਕੇ ਘਰੋਂ ਮੇਂ ਭਾਈ ਚੁੱਲ੍ਹੇ ਜਲਨੇ ਬੰਦ ਹੋ ਰਹੇ, ਸਭ ਕੇ ਬੱਚੇ ਬੇਰੋਜ਼ਗਾਰ ਬੈਠੇ ਹੈ, ਸਭ ਕੇ ਬੱਚੇ ਇਸ ਨੇਤਾ ਮੋਦੀ ਯੋਗੀ ਖੱਟਰ ਮੁੱਛਲ ਪੂਰਾ ਸੰਘ ਸੇ ਦੁਖੀ ਹੈ। ਬਿਲਕੁਲ, ਇਹ ਤਸਵੀਰਾਂ ਕਿਸਾਨ ਅੰਦੋਲਨ ਦੀਆਂ, ਜਿੱਥੇ ਕਿ ਜੋ ਬੀਬੀਆਂ ਲੰਬੇ ਸਫ਼ਰ ਕਰਕੇ ਇੱਥੇ ਪੁੱਜੀਆਂ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਝੰਡਾ ਅਤੇ ਡੰਡਾ ਲੈ ਕੇ ਆਏ ਹਾਂ, ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਨਾ ਵਰਾਏ ਜਾਣ, ਅਗਰ ਸਰਕਾਰ ਕਿਸਾਨਾਂ ਦੇ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ ਤਾਂ ਝੰਡੇ ਅਤੇ ਡੰਡੇ ਦੇ ਨਾਲ ਹੀ ਕਰੇ। ਕੈਮਰਾ ਪਰਸਨ ਮੁਨੀਸ਼ ਦੇ ਨਾਲ ਇਮਰਾਨ ਖਾਨ, ਪੰਜਾਬੀ ਬੁਲਟਨ, ਸ਼ੰਭੂਗੜ੍ਹ।